ਇਸ ਸੁਣਨ ਦਾ ਫਾਇਦਾ ਸ਼ਿਮਲੇ ਦੇ ਵਿੱਚ ਹੋਇਆ ਹੈ ਆਖੋ ਵੇਹੇ ਗਰੂ ਇਹ ਜਿਹੜੇ ਬਚਨ ਕੀਤੇ ਨੇ ਨਾ ਵੀ ਇਹ ਜਿਹੜਾ ਪੈਸਾ ਇੱਥੇ ਤੁਸੀਂ ਲਾਉਣਾ ਗਰੀਬਾਂ ਤੇ ਲਾ ਦੋ ਉਹਨਾਂ ਨੇ ਕਾਰ ਸੇਵਾ ਵਾਲਿਆਂ ਦੇ ਦਰਵਾਜ਼ੇ ਬੰਦ ਕਰਤੇ ਕੋਈ ਕਾਰ ਸੇਵਾ ਵਾਲਾ ਜਾਂਦਾ ਨਾ ਉੱਥੇ ਤੇ ਉਹਨੂੰ ਕਹਿੰਦੇ ਨਹੀਂ ਜੀ ਤੁਹਾਡੇ ਲਈ ਸਾਡੇ ਕੋਲ ਕੋਈ ਪੈਸਾ ਨਹੀਂ ਉਹਨਾਂ ਗੋਲਕਾਂ ਲਾਈਆਂ ਨੇ ਕਿੰਨਾ ਨੇ ਭਲਾ ਜੇ ਰਾਜਪੁਰੇ ਵਾਲੇ ਵੀ ਕਰ ਸਕੋ ਤੇ 2% ਹੀ ਕਰ ਦੋਗੇ ਤਾਂ ਵੀ ਆਉਣਾ ਸਫਲ ਹੋ ਜਾਓ ਕਾਰ ਸੇ ਵਾਲੀ ਸਾਡੇ ਕੋਲ ਕੋਈ ਪੈਸਾ ਨਹੀਂ ਗੁਰਦੁਆਰੇ ਬਹੁਤ ਨੇ ਇੱਕ ਗੋਲਕ ਲਈ ਇੱਕ ਦੁਕਾਨਦਾਰ ਨੇ ਉਹਦੇ ਤੇ ਲਿਖਿਆ ਗਰੀਬ ਦਾ ਮੂੰਹ ਕੀ ਬੋਲਿਆ ਗਰੀਬ ਦਾ ਮੂੰਹ ਉਹ ਗੋਲਕ ਲਾਤੀ ਜਿੰਨੇ ਪੈਸੇ ਉਹਨਾਂ ਨੂੰ ਦਿੰਦੇ ਸੀ ਉਹਨੇ ਪੈਸੇ ਉਹਨਾਂ ਉਹਦੇ ਵਿੱਚ ਰੋਜ਼ ਪਾਈ ਜਾਂਦੇ ਕਿਸੇ ਦਾ 10000 ਨਿਕਲਦਾ ਹੈ ਤੇ ਵੇਖਦੇ ਨੇ ਇਹ ਨਹੀਂ ਵੀ ਸੇਖੀ ਵੇਖਦੇ ਕੋਈ ਮੁਸਲਮਾਨ ਤੁਰਿਆ ਜਾਂਦਾ ਕੋਈ ਪਹਾੜੀਆ ਤੁਰਿਆ ਜਾਂਦਾ ਹੈ ਕੋਈ ਬ੍ਰਾਹਮਣ ਤੁਰਿਆ ਜਾਂਦਾ ਹੈ ਉਹਦੇ ਪੈਰੀਂ ਜੁੱਤੀ ਨਹੀਂ ਠੰਡਿਆ ਉਹ ਭੱਜਦਾ ਬੱਚਾ ਉੱਠ ਕੇ ਇਹ ਹੋ ਰਿਹਾ ਜੇ ਉੱਥੇ ਸ਼ਮਲੇ ਆਖੋ ਵੈਗਰ ਉਹ ਬੱਚਾ ਭੱਜਦਾ ਉੱਠ ਕੇ ਵੀਰ ਜੀ ਤੁਸੀਂ ਜੁੱਤੀ ਨਹੀਂ ਪਾਈ ਉਹ ਕਹਿੰਦਾ ਜੀ ਮੇਰੇ ਕੋਲ ਜੁੱਤੀ ਹੈ ਨਹੀਂ ਪੈਸੇ ਆ ਨਹੀਂ ਉਹ ਕਹਿੰਦਾ ਤੁਹਾਡੇ ਪੈਸੇ ਮੇਰੇ ਕੋਲ ਪਏ ਨੇ ਕਿਹੜੇ ਗਰੀਬ ਦੇ ਗਰੀਬ ਦੀ ਲਿਖੀ ਆ ਨਾ ਉਹ ਗਰੀਬ ਦੀ ਗੋਲਕ ਤੁਹਾਡੇ ਪੈਸੇ ਵੀਰ ਜੀ ਮੇਰੇ ਕੋਲ ਮੇਰੇ ਪੈਸੇ ਹੰਦੇ ਹਾਂ ਗੁਰੂ ਨਾਨਕ ਨੇ ਰਖਵਾਏ ਨੇ ਮੇਰੀ ਕਿਰਤ ਵਿੱਚੋਂ ਆਉ ਮੈਂ ਤੁਹਾਨੂੰ ਜੋੜਾ ਲੈ ਕੇ ਦਾਂ ਜੇ ਕਿਸੇ ਕੋਲ ਸਵੈਟਰ ਨਹੀਂ ਤੇ ਉਹ ਕਹਿੰਦਾ ਵੀਰ ਜੀ ਤੁਸੀਂ ਸਵੈਟਰ ਨਹੀਂ ਪਾਇਆ ਇੰਨੀ ਛਿਮਲੇ ਠੰਡ ਪੈ ਰਹੀ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਆਉ ਮੈਂ ਤੁਹਾਨੂੰ ਕੋਟੀ ਲੈ ਕੇ ਦਾਂ ਤੁਹਾਡੇ ਪੈਸੇ ਮੇਰੇ ਕੋਲ ਪਾਵੇਂ ਮੈਂ ਆਪਣੇ ਕੋਲੋਂ ਨਹੀਂ ਦੇਣ ਲੱਗਾ ਜਦੋਂ ਤੁਸੀਂ ਬਦਲ ਜਾਓਗੇ ਸੱਚੀ ਮੱਚੀ ਜੇ ਤੁਸੀਂ ਜਿਉਂਦੇ ਜੀਣਾ ਨਾ ਕੁਝ ਬਦਲ ਸਕੇ ਤੇ ਮਰਨ ਤੋਂ ਪਹਿਲਾਂ ਸਾਡੇ ਵੱਡੇ-ਵਡੇਰੇ ਵੀ ਇਨਾਂ ਪ੍ਰਤਾਂ ਵਿੱਚ ਕੁਛ ਨਾ ਬਦਲ ਸਕੇ ਤੇ ਬਦਲ ਤੁਸੀਂ ਵੀ ਨਹੀਂ ਕੁਝ ਸਕਣਾ ਸ਼ੁਰੂ ਕਰ ਦੋ ਆ ਮੇਰੀਆਂ ਧੀਆਂ ਨੇ ਅੱਜ ਤੋਂ ਕਹੋ ਅਸੀਂ ਸੋਨੇ ਲਈ ਪੈਸਾ ਨਹੀਂ ਦੇਣਾ ਅਸੀਂ ਪੱਥਰ ਲਈ ਪੈਸਾ ਨਹੀਂ ਦੇਣਾ ਕਿਤੇ ਪੱਥਰ ਨਹੀਂ ਮੰਨਣਾ ਸਾਨੂੰ ਕੱਖਾਂ ਦੀ ਝੁੱਗੀ ਚ ਗੁਰਦੁਆਰਾ ਚੰਗਾ ਮਗਰ ਜਿਹੜਾ ਫਾ ਲੈ ਕੇ ਮਰ ਰਿਹਾ ਜਿਹਦੀ ਧੀ ਦਾ ਪਰਸੋਂ ਅਨੰਦ ਕਾਰਜ ਸੀ ਅੱਜ ਆੜਤੀ ਨੇ ਮਨਾ ਕਰਤਾ ਮੈਂ ਇਮੋਸ਼ਨਲ ਨਹੀਂ ਜੇ ਕਰਦੇ ਹਕੀਕਤ ਆ ਅੱਜ ਆੜਤੀ ਨੇ ਮਨਾ ਕਰਤਾ ਪੈਸਾ ਨਹੀਂ ਮਿਲਣਾ ਉਧਰੋਂ ਬਰਾਤ ਆ ਜਾਂਦੀ ਬਾਪੂ ਨੂੰ ਲੱਭਦੇ ਚੌਂਗੜਾ ਮਾਰੋ ਇੱਕ ਮਿੰਟ ਲਈ ਬਾਪੂ ਨੂੰ ਲੱਭਦੇ ਬਾਪੂ ਕਿੱਥੇ ਆ? ਜਾ ਕੇ ਵੇਦੇ ਪਰਾਲੀ ਵਿੱਚ ਸੜ ਰਿਹਾ ਬਾਪੂ। ਜਦੋਂ ਵੇਖਿਆ ਬਰਾਤ ਆ ਗਈ ਘਰ ਤੇ ਪੈਸਾ ਕੋਈ ਨਹੀਂ ਤੇ ਮੇਰੀ ਹੋਣੀ ਬਦਨਾਮੀ ਬੜੀ ਮੇਰੇ ਕੋਲ ਤੇ ਪੈਸਾ ਕੋਈ ਨਹੀਂ ਸੀ ਤੇ ਬਰਾਤ ਨੇ ਆਣ ਕੇ ਬਹਿ ਜਾਣਾ ਹੈ ਆਪਣੀ ਪਰਾਲੀ 'ਚ ਬੈਠਾ ਤੀਲੀ ਲਾ ਕੇ ਸੜ ਜਾਂਦਾ ਜੱਟ। ਉਹ ਲੋਕੋ ਅਕਲ ਤੋਂ ਕੰਮ ਲਓ। ਲੋਕੋ ਅਕਲ ਤੋਂ ਕੰਮ ਲਓ। ਨਾ ਫालतू ਪੈਸੇ ਇਨਾਂ ਗੱਲਾਂ ਤੇ ਖਰਚੋ। ਗਰੀਬ ਬਚਾਓ। ਲੋੜਵੰਦ ਬਚਾਓ। ਲੋੜਵੰਦਾਂ ਦੀ ਮਦਦ ਕਰੋ ਆਪੋ ਆਪਣੇ ਘਰ ਗੋਲਕ ਰੱਖੋ ਉਤੇ ਕਿਸੇ ਕਾਰਸੇਵਾਲੇ ਬਾਬੇ ਦਾ ਨਾਂ ਨਹੀਂ ਉਤੇ ਗਰੀਬ ਦਾ ਮੂੰਹ ਬੋਲੋ ਭਲਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਲਿਖਿਆ ਹੈ ਕਿ ਨਹੀਂ ਜੀ ਸਾਡੇ ਇਤਿਹਾਸ ਚ ਹੈ ਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਤੁਸੀਂ ਬਾਬਿਆਂ ਦੀ ਇੱਕ ਜਗ੍ਹਾ ਤੇ ਬਾਬਾ ਨਾਨਕ ਖਲੋਤਾ ਹੋਵੇ ਇੱਕ ਜਗ੍ਹਾ ਤੇ ਇੱਕ ਕਾਰਸੇਵਾਲਾ ਬਾਬਾ ਖਲੋਤਾ ਹੋਵੇ ਜਿਹੜਾ ਸੋਨਾ ਲਾਉਂਦਾ ਹੈ ਕਿਨੂੰ ਪੈਸਾ ਦਿਓਗੇ ਦੋਵਾਂ ਚੋਂ ਬੋਲੋ ਪੁੱਤ ਤੇ ਫਿਰ ਬਾਬੇ ਨਾਨਕ ਦਾ ਮੂੰਹ ਜੇ ਗਰੀਬ ਦੇ ਨਾਂ ਤੇ ਪੈਸਾ ਦੇਣਾ ਆਓ ਉੱਥੇ ਆਈਏ ਤਗੜੇ ਹੋਈਏ